ਸਮਾਜ ਸੇਵੀ ਸੰਸਥਾ ਭਾਰਤ ਵਿਕਾਸ ਪਰਿਸ਼ਦ ਵੱਲੋਂ ਤੁਲਸੀ ਦੇ ਪੌਦੇ ਦੀ ਸਟਾਲ ਲਾ ਕੇ ਲੋਕਾਂ ਨੂੰ ਤੁਲਸੀ ਦੇ ਪੌਦੇ ਦੀ ਵੰਡ ਕੀਤੀ ਗਈ। ਇਸ ਦਾ ਉਦਘਾਟਨ ਸੰਤ ਰਿਸ਼ੀ ਰਾਮ ਜਲਾਲ ਵੱਲੋਂ ਕੀਤਾ ਗਿਆ। ਸੰਤ ਰਿਸ਼ੀ ਰਾਮ ਨੇ ਕਿਹਾ ਕਿ ਤੁਲਸੀ ਦਾ ਪੌਦਾ ਹਰ ਇੱਕ ਘਰ ਵਿੱਚ ਲਗਾਉਣਾ ਚਾਹੀਦਾ ਹੈ ਕਿਉਂਕਿ ਇਸ ਦੇ ਨਾਲ ਵਾਤਾਵਰਣ ਸ਼ੁੱਧ ਰਹਿੰਦਾ ਹੈ ਅਤੇ ਲੋਕਾਂ ਦੀਆਂ ਕਈ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ। ਹਰ ਸਾਲ ਦੀ ਤਰ੍ਹਾਂ ਅੱਜ ਇੱਥੇ ਤੁਲਸੀ ਵਿਤਰਨ ਸਮਾਰੋਹ ਮਨਾਇਆ ਜਾ ਰਿਹਾ। ਤੁਲਸੀ ਇੱਕ ਬਹੁਤ ਹੀ ਪਵਿੱਤਰ ਜਿਹੜਾ ਪੌਦਾ ਹੈਗਾ, ਘਰ ਦੇ ਵਿੱਚ ਵਾਤਾਵਰਨ ਸ਼ੁੱਧ ਹੁੰਦਾ ਹੈ, ਬਿਮਾਰੀਆਂ ਤੋਂ ਬਚਾ ਕੇ ਰੱਖਦਾ ਹੈ। ਕਿਸੇ ਵੀ ਤਰ੍ਹਾਂ ਦਾ ਸੰਕਰਮਣ ਹੁੰਦਾ ਹੈ ਜਾਂ ਕੋਈ ਨਜ਼ਲਾ ਜ਼ੁਕਾਮ ਹੁੰਦਾ ਉਹਦੇ ਵਾਸਤੇ ਤੁਲਸੀ ਬਹੁਤ ਚੰਗੀ ਹੈ, ਬੁਖਾਰ ਵਾਸਤੇ ਤੁਲਸੀ ਬਹੁਤ ਚੰਗੀ ਹੈ। ਇਸ ਕਰਕੇ ਇੱਕ ਬਹੁਤ ਹੀ ਪਵਿੱਤਰ ਪੌਦਾ ਹੈਗਾ, ਸਾਨੂੰ ਸਾਰਿਆਂ ਨੂੰ ਆਪਣੇ ਘਰਾਂ ਦੇ ਵਿੱਚ ਲਾ ਕੇ ਰੱਖਣਾ ਚਾਹੀਦਾ ਹੈ। ਪੰਚਾਇਤ ਪ੍ਰੀਸ਼ਦ ਵੱਲੋਂ ਹਰ ਸਾਲ ਦੀ 13 ਇਸ ਸਾਲ ਵੀ ਅਸੀਂ ਤੁਲਸੀ ਦੇ ਬੂਟੇ ਵੰਡਦੇ ਹੈਗੇ ਹਾਂ। ਟਾਈਮ ਟੂ ਟਾਈਮ ਪ੍ਰੀਸ਼ਦ ਵੱਲੋਂ ਕੋਈ ਨਾ ਕੋਈ ਪ੍ਰੋਜੈਕਟ ਲਾਏ ਜਾਂਦੇ ਤਾਂ ਕਿ ਸ਼ਹਿਰ ਦੇ ਵਿੱਚ ਇਹਦਾ ਬੈਨੀਫਿਟ ਮਿਲਦਾ ਰਹੇ। ਤੁਲਸੀ ਹਰ ਇੱਕ ਘਰੇ ਲਾਉਣੀ ਜ਼ਰੂਰੀ ਹੈਗੀ ਹੈ ਔਰ ਲਾਉਣੀ ਚਾਹੀਦੀ ਹੈ, ਇਹਦੇ ਬਹੁਤ ਜ਼ਿਆਦਾ ਗੁਣ ਹੈਗੇ। ਜੈਤੋ ਤੋਂ ਵਿਪਨ ਗੋਇਲ ਦੀ ਰਿਪੋਰਟ, ਚੈਨਲ 2।